ਕਿੱਦਾਂ ਕਰ ਲੈਂਦੇ ਨੇ, ਮੈਂ ਤਾਂ ਹੈਰਾਨ ਹਾਂ ਪੂਰੀ। ਤੁਸੀਂ ਵੀ ਹੈਰਾਨ ਹੋਣ ਵਾਲੇ ਹੋ ਕਿ ਆਹ ਚੀਜ਼ਾਂ ਕਿੱਦਾਂ ਨੇ, ਕਿਉਂਕਿ ਸ਼ਾਰਟਸ ਵੀ ਚੱਲ ਰਹੇ ਹੋਣਗੇ, ਦੇਖ ਰਹੇ ਤੁਸੀਂ ਕਿੱਦਾਂ ਬਿਨਾਂ ਕਿਸੇ ਖੌਫ ਦੇ ਉਹ ਹੱਥ ਲਗਾ ਰਹੇ ਨੇ, ਪਰ ਪੂਰੀ ਉਹਨਾਂ ਨੇ ਸਟੱਡੀ ਕੀਤੀ ਆ। ਜਿੱਦਾਂ ਆਪਾਂ ਕੁੱਤਾ ਬਿੱਲੀ ਪਾਲਦੇ ਹਾਂ ਨਾ, ਤਾਂ ਇਹਨਾਂ ਦੇ ਵਿੱਚ ਦਿਮਾਗ ਦੇ ਵਿੱਚ ਇੱਕ ਕੈਮੀਕਲ ਪਾਇਆ ਜਾਂਦਾ ਜਿਹੜਾ ਸਿੱਖਣ ਦੀ ਪ੍ਰਕਿਰਿਆ ਨੂੰ ਮਦਦ ਕਰਦਾ। ਦਿਮਾਗ ਸੱਪ ਦੇ ਵਿੱਚ ਜਾਂ ਮੋਨੀਟਰ ਲਿਜ਼ਰਡ ਦੇ ਵਿੱਚ ਉਹ ਕੈਮੀਕਲ ਹੀ ਨਹੀਂ ਪਾਇਆ ਜਾਂਦਾ, ਕਿ ਤਾਂ ਕਰਕੇ ਕਿਸੇ ਵੀ ਸੱਪ ਨੂੰ ਪਾਲਤੂ ਨਹੀਂ ਬਣਾਇਆ ਜਾ ਸਕਦਾ, ਨਾ ਇਹਨੂੰ ਕੁਛ ਸਿਖਾਇਆ ਜਾ ਸਕਦਾ। ਜਾਨਵਰ ਨੇ ਤੁਹਾਡੇ 'ਤੇ ਕੋਈ ਅਟੈਕ ਵਗੈਰਾ ਦਾ ਕੁਛ ਚੀਜ਼ਾਂ ਵਾਪਰੀ? ਨਹੀਂ, ਇੱਦਾਂ ਦਾ ਕੁਛ ਨਹੀਂ। ਤਕਰੀਬਨ ਆਪਾਂ ਨੇ ਸਟਾਰਟ ਹੀ ਕੋਰਸ ਵਗੈਰਾ ਕਰਕੇ ਹੀ ਕਰਿਆ ਸੀ ਨਾ ਜੀ। ਜੀ 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 ਇਹ ਰਾਮਾਲੂਸ ਵਾਟੇਕਰ ਆ ਜੀ, ਆਪਣੇ ਜੀਵ ਵਿਗਿਆਨੀ ਆ, ਉਹਦਾ ਚੇਲਾ ਗੈਰੀ ਮਾਰਟਿਨ, ਉਹ ਬੁਲਾਉਂਦੇ ਰਹਿੰਦੇ ਆ, ਉਹਨਾਂ ਨਾਲ ਹੀ ਜਾਂਦੇ। ਗਰਮੀਆਂ ਦੇ ਵਿੱਚ ਜਿਹੜੇ ਆਪਾਂ ਜ਼ਿਆਦਾਤਰ ਸੁਣਦੇ ਹਾਂ ਨਾ ਵੀ ਹਾਂ ਬੰਦਾ ਰਾਤ ਨੂੰ ਚੰਗਾ ਭਲਾ ਪਿਆ ਸੀ, ਸੁਬਹਾ ਉੱਠਿਆ ਨਹੀਂ ਹੈਗਾ, ਜ਼ਿਆਦਾਤਰ ਕਾਰਨ ਤੁਸੀਂ ਦੇਖੋ ਉਹਨਾਂ ਦਾ ਪੋਸਟਮਾਰਟਮ ਕਰਾਇਆ ਜਾਵੇ, ਕੋਮਨ ਕ੍ਰੇਟ ਦੀ ਸਨੇਕ ਬਾਈਟ ਹੀ ਨਿਕਲੇਗੀ। ਤੁਸੀਂ ਕਿਸੇ ਡਾਕਟਰ ਨੂੰ ਪੁੱਛੋ, ਸੁੱਤੇ ਪਏ ਬੰਦੇ ਨੂੰ ਜਲਦੀ ਜਲਦੀ ਅਟੈਕ ਨਹੀਂ ਹੁੰਦਾ, ਸੁੱਤੇ ਪਏ ਨੂੰ ਜਦ ਵੀ ਅਟੈਕ ਕਰਦਾ ਤਾਂ ਇਹ ਕੋਮਨ ਕ੍ਰੇਟ ਸੱਪ ਹੀ ਆ ਕੇ ਕਰਦਾ। ਨੰਬਰ 2 'ਤੇ ਇਹਦਾ ਕਾਰਨ ਕੀ ਆ, ਨਾ ਇਹਦੀ ਕੋਈ ਦੰਦੀ ਦਾ ਨੁਕਸਾਨ ਪੈਂਦਾ, ਨਾ ਇਹਦੀ ਕੋਈ ਜ਼ਹਿਰ ਐਕਸ਼ਨ ਕਰਦੀ ਆ। ਜ਼ਿਆਦਾਤਰ ਤਾਂ ਬੰਦੇ ਜੇ ਸੁੱਤੇ ਪਏ 'ਤੇ ਲੜਿਆ ਤਾਂ ਸੁੱਤੇ ਪਏ ਦੀ ਹੀ ਮੌਤ ਹੋ ਜਾਂਦੀ ਆ। ਕੋਮਨ ਗ੍ਰੇਡ ਦਾ ਅੰਕੜਾ ਜਿਹੜਾ ਉਹ 30-40% ਆ, ਕੋਬਰਾ ਜਿਹੜਾ ਉਹ 5-15% ਦੇ ਕਰੀਬ ਆਪਾਂ ਨੂੰ ਕੋਬਰੇ ਮਿਲਦੇ ਆ। ਬਾਕੀ ਦੇ ਰੈਡ ਸਨੇਕ ਹੋ ਗਏ, ਸੈਂਡ ਬੋਆ ਹੋ ਗਿਆ, ਕੋਮਨ ਬੁਲਫ ਸਨੇਕ ਹੋ ਗਿਆ, ਜਾਂ ਟਿਲਕਿਲ ਬੈਕ ਹੋ ਗਿਆ, ਬਾਕੀ ਦੇ ਸਿਰਫ ਆਪਾਂ ਨੂੰ 30-40% ਸੱਪ ਨੇ। 60% ਸੱਪ ਪੂਰੇ ਜੇ ਹਰੀਦਾ ਹੀ ਪਾਇਆ ਜਾਂਦਾ, ਨਸਲਾਂ ਦੋਨੇ ਨੇ ਪਰ ਉਹਨਾਂ ਦੀ ਮਾਤਰਾ ਕਾਫੀ ਜ਼ਿਆਦਾ ਆ। ਨਰਵਸ ਸਿਸਟਮ ਤੇ ਹਮਲਾ ਕਰਦੇ ਆ, ਸਾਹ ਲੈਣ ਦੀ ਪ੍ਰਕਿਰਿਆ ਨੂੰ ਨਸ਼ਟ ਕਰ ਦਿੰਦੇ ਆ, ਉੱਥੇ ਵੈਂਟੀਲੇਟਰ ਦੀ ਲੋੜ ਪੈਂਦੀ ਆ। ਪਹਿਲਾਂ ਹੀ ਉਦਾਂ ਦੇ ਹੋਸਪਿਟਲ ਜਾਓ ਜਿੱਥੇ ਵੈਂਟੀਲੇਟਰ ਅਵੇਲੇਬਲ ਆ, ਜਿੰਨਾ ਵੀ ਖਰਚਾ ਹੁੰਦਾ ਸਾਰਾ ਗੌਰਮੈਂਟ ਪੇ ਕਰ ਦਿੰਦੀ ਆ। ਘਰ ਦੇ ਆਸ ਪਾਸ ਸਾਫ਼ ਸਫ਼ਾਈ ਰੱਖੋ, ਠੀਕ ਹੈ, ਕੋਈ ਇੱਟਾਂ ਦਾ ਢੇਰ ਜਾਂ ਮਲਬੇ ਦਾ ਢੇਰ ਆਪਣੇ ਘਰ ਦੇ ਆਸ ਪਾਸ ਨਹੀਂ ਹੋਣਾ ਚਾਹੀਦਾ। ਨੰਬਰ 2 'ਤੇ ਜਦੋਂ ਕਦੇ ਵੀ ਆਪਾਂ ਸ਼ਾਮ ਨੂੰ ਸੈਰ ਕਰਨ ਨਿਕਲਦੇ ਹਾਂ, ਹਮੇਸ਼ਾ ਬੂਟ ਪਾ ਕੇ ਨਿਕਲੋ, ਹੋ ਸਕਦਾ ਤਾਂ ਨਾਲ ਟਾਰਚ ਜ਼ਰੂਰ ਲੈ ਕੇ ਨਿਕਲੋ, ਠੀਕ ਆ। ਨੰਬਰ 3 'ਤੇ ਕਿਸੇ ਵੀ ਬੰਦੇ ਨੇ ਜ਼ਮੀਨ 'ਤੇ ਨਹੀਂ ਸੌਣਾ। ਕਈ ਵਾਰ ਆਪਾਂ ਸੌਂਦੇ ਹਾਂ ਨਾ ਵੀ ਧਰਤੀ 'ਤੇ ਹੀ ਗੱਦਾ ਵਸਾ ਕੇ ਸੌਂ ਜਾਂਦੇ ਹਾਂ, ਚਾਹੇ ਵਿਸਾਖ ਆਪਾਂ 7 'ਤੇ ਵੀ ਸੌਂ ਰਹੇ ਹਾਂ, ਜ਼ਮੀਨ 'ਤੇ ਗੱਦਾ ਵਸਾ ਕੇ ਨਹੀਂ ਸੌਣਾ, ਹਮੇਸ਼ਾ ਮੰਜੇ ਦਾ ਇਸਤੇਮਾਲ ਕਰੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਨਿਊਜ਼, ਮੈਂ ਤੁਹਾਡੇ ਨਾਲ ਖੁਸ਼ਬੂ ਸ਼ਰਮਾ। ਦੋਸਤੋ, ਅੱਜ ਦੀ ਵੀਡੀਓ ਜਿਹੜੀ ਆ ਮੈਂ ਕਹਾਂਗੀ ਬਹੁਤ ਜ਼ਿਆਦਾ ਡਰਾਵਨੀ ਵੀ ਹੋਣ ਵਾਲੀ ਹੈ, ਅਤੇ ਕੁਝ ਚੰਗੀਆਂ ਗੱਲਾਂ ਵੀ ਤੁਹਾਨੂੰ ਦੱਸਾਂਗੇ ਕਿ ਜੇ ਮੌਕੇ 'ਤੇ ਇੱਦਾਂ ਕੁਛ ਵਾਪਰਦਾ ਤਾਂ ਕੀ ਚੀਜ਼ਾਂ ਤੁਸੀਂ ਕਰਨੀਆਂ ਨੇ। ਮੈਂ ਕਹਾਂਗੀ ਜਿਨ੍ਹਾਂ ਨਾਲ ਮਿਲਾਉਣ ਜਾ ਰਹੀ ਹਾਂ ਉਹ ਤਾਂ ਪੂਰੇ ਖਤਰਾਂ ਦੇ ਖਿਲਾੜੀ ਨੇ, ਪਰਮਿੰਦਰ ਸਿੰਘ ਜੀ ਨਾਲ ਮੁਲਾਕਾਤ ਕਰਾਵਾਂਗੀ। ਕਿੱਦਾਂ ਕਰ ਲੈਂਦੇ ਨੇ, ਮੈਂ ਤਾਂ ਹੈਰਾਨ ਹਾਂ ਪੂਰੀ। ਤੁਸੀਂ ਵੀ ਹੈਰਾਨ ਹੋਣ ਵਾਲੇ ਹੋ ਕਿ ਆਹ ਚੀਜ਼ਾਂ ਕਿੱਦਾਂ ਨੇ, ਕਿਉਂਕਿ ਸ਼ਾਰਟਸ ਵੀ ਚੱਲ ਰਹੇ ਹੋਣਗੇ, ਦੇਖ ਰਹੇ ਹੋ ਤੁਸੀਂ ਕਿੱਦਾਂ ਬਿਨਾਂ ਕਿਸੇ ਖੌਫ ਦੇ ਉਹ ਹੱਥ ਲਗਾ ਰਹੇ ਨੇ, ਪਰ ਪੂਰੀ ਉਹਨਾਂ ਨੇ ਸਟੱਡੀ ਕੀਤੀ ਆ। ਪਹਿਲਾਂ ਤਾਂ ਸਵਾਗਤ ਕਰਦੇ ਆ, ਬਹੁਤ ਬਹੁਤ ਸਵਾਗਤ ਹੈ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ, ਤੁਸੀਂ ਕਿੱਦਾਂ? ਠੀਕ ਨੇ? ਹਾਂਜੀ ਹਾਂਜੀ, ਬਿਲਕੁਲ ਜੀ, ਸਭ ਠੀਕ ਹੈ ਜੀ। ਮੈਂ ਕਹਿੰਦੀ ਹਾਂ ਕਿ ਪਹਿਲਾਂ ਇਹ ਦੱਸੋ, ਤੁਹਾਨੂੰ ਡਰ ਨਹੀਂ ਲੱਗਦਾ? ਨਹੀਂ ਮੈਡਮ, ਹੁਣ ਤਾਂ ਨਹੀਂ ਡਰ ਲੱਗਦਾ, ਮੈਂ ਕਾਫੀ ਦੇਰ ਤੋਂ ਕੰਮ ਕਰ ਰਿਹਾ ਹਾਂ। ਕਿੰਨੇ ਦੇਰ ਹੋ ਗਈ? ਮੈਂ 2007 ਤੋਂ ਕੰਮ ਕਰ ਰਿਹਾ ਜੀ। 2007 ਤੋਂ ਜੀ? ਅਤੇ ਕਦੇ ਘਰਦਿਆਂ ਨੇ ਰੋਕਿਆ ਕਿ ਨਹੀਂ ਤੂੰ ਆਹ ਕੰਮ ਨਹੀਂ ਕਰਨਾ ਜਾਂ ਕੁਛ ਵੀ ਇੱਦਾਂ? ਪਹਿਲਾਂ ਰੋਕਦੇ ਸੀਗੇ ਜੀ, ਬਾਅਦ 'ਚ ਉਹਨਾਂ ਨੂੰ ਵੀ ਪਤਾ ਲੱਗਿਆ ਵੀ ਹਾਂ ਇਸ ਬੰਦੇ ਨੇ ਇਹੀ ਆਪਣਾ ਪ੍ਰੋਫੈਸ਼ਨ ਬਣਾ ਚੁੱਕਿਆ। ਅੱਛਾ, ਠੀਕ ਹੈ। ਬਾਕੀ ਮੇਰੀ ਜੋਬ ਵੀ ਇਹੀ ਆ। ਅੱਛਾ ਜੀ, ਅਤੇ ਜਦੋਂ ਸ਼ੁਰੂਆਤ ਕਰਨੀ ਸੀਗੀ ਉਮਰ ਕਿੰਨੀ ਸੀ ਉਦੋਂ? ਤਕਰੀਬਨ ਉਮਰ ਮੈਂ 18-19 ਸਾਲ ਦੀ ਏਜ ਦੇ ਵਿੱਚ, ਵੈਸੇ ਤਾਂ ਬਚਪਨ ਤੋਂ ਹੀ ਸ਼ੌਂਕ ਸੀਗਾ ਪੰਛੀਆਂ ਨੂੰ ਰੈਸਕਿਊ ਕਰਨ ਦਾ, ਬਾਕੀ ਜੋ ਰੀਅਲ ਦੇ ਵਿੱਚ ਸਹੀ ਤਰੀਕੇ ਨਾਲ ਕੰਮ ਕਰਨ ਲੱਗੇ ਹਾਂ ਤਾਂ ਉਹ 18-19 ਸਾਲ ਦੀ ਏਜ ਦੇ ਵਿੱਚ ਕਰਨ ਲੱਗੇ। ਸਾਨੂੰ ਦੇਖਣ 'ਚ ਪਤਾ ਡਰ ਲੱਗ ਰਿਹਾ ਵਾ, ਪਰ ਤੁਹਾਡਾ ਤਾਂ ਆਪਣਾ ਉਹਨਾਂ ਨਾਲ ਪਿਆਰ ਜਿਹਾ ਹੋਊਗਾ, ਤੁਹਾਨੂੰ ਜਾਨਵਰਾਂ ਨਾਲ ਲਗਾਵ ਕਾਫੀ ਇੱਦਾਂ ਦਾ ਹੋ ਚੁੱਕਾ ਨਾ, ਪਰ ਇੱਕ ਹੁੰਦਾ ਕਿ ਹੈ ਨਾ ਜਿਹੜੇ ਆਪਾਂ ਪਾਲਤੂ ਰੱਖੇ ਹੁੰਦੇ, ਬਟ ਜਿੱਦਾਂ ਸੱਪ ਹੋ ਗਏ ਜਾਂ ਤੁਸੀਂ ਲੀਜ਼ਰਡ ਵੀ ਫੜੀਆਂ ਹੋਈਆਂ, ਉਹਨਾਂ ਤੋਂ ਡਰ ਨਹੀਂ ਲੱਗਦਾ, ਘਬਰਾਹਟ ਨਹੀਂ ਹੁੰਦੀ? ਦੇਖੋ, ਜਿਹੜੇ ਸੱਪ ਨੇ ਨਾ ਇਹ ਪਾਲਤੂ ਨਹੀਂ ਬਣਾਏ ਜਾ ਸਕਦੇ। ਜਿੱਦਾਂ ਆਪਾਂ ਕੁੱਤਾ ਬਿੱਲੀ ਪਾਲਦੇ ਹਾਂ ਨਾ, ਤਾਂ ਇਹਨਾਂ ਦੇ ਵਿੱਚ ਦਿਮਾਗ ਦੇ ਵਿੱਚ ਇੱਕ ਕੈਮੀਕਲ ਪਾਇਆ ਜਾਂਦਾ ਜਿਹੜਾ ਸਿੱਖਣ ਦੀ ਪ੍ਰਕਿਰਿਆ ਨੂੰ ਮਦਦ ਕਰਦਾ। ਦਿਮਾਗ ਸੱਪ ਦੇ ਵਿੱਚ ਜਾਂ ਮੋਨੀਟਰ ਲਿਜ਼ਰਡ ਦੇ ਵਿੱਚ ਉਹ ਕੈਮੀਕਲ ਹੀ ਨਹੀਂ ਪਾਇਆ ਜਾਂਦਾ, ਕਿ ਤਾਂ ਕਰਕੇ ਕਿਸੇ ਵੀ ਸੱਪ ਨੂੰ ਪਾਲਤੂ ਨਹੀਂ ਬਣਾਇਆ ਜਾ ਸਕਦਾ, ਨਾ ਇਹਨੂੰ ਕੁਛ ਸਿਖਾਇਆ ਜਾ ਸਕਦਾ। ਆਪਣਾ ਕੰਮ ਬੰਦਾ ਇੰਨਾ ਕੁ, ਜੇ ਕਿਸੇ ਦੇ ਘਰ ਸੱਪ ਆ ਗਿਆ ਤਾਂ ਉਸਨੂੰ ਆਪਾਂ ਰੈਸਕਿਊ ਕਰਨਾ ਅਤੇ ਉਹਨੂੰ ਸਹੀ ਜਗ੍ਹਾ ਦੇਖ ਕੇ ਰਿਲੀਜ਼ ਕਰ ਦੇਣਾ।
ਜੀ ਤੇ ਭਾਜੀ ਜਿੱਦਾਂ ਸ਼ੁਰੂਆਤ ਕੀਤੀ ਸੀਗੀ ਉਦੋਂ ਕਿੱਦਾਂ ਸ਼ੁਰੂਆਤ ਹੋਈ? ਸਟਾਰਟਿੰਗ 'ਚ ਕੁਛ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਾਂ ਕੁਛ ਕਿਸੇ ਨੇ ਜਾਨਵਰ ਨੇ ਤੁਹਾਡੇ 'ਤੇ ਕੋਈ ਅਟੈਕ ਵਗੈਰਾ ਦਾ ਕੁਛ ਚੀਜ਼ਾਂ ਵਾਪਰੀ? ਨਹੀਂ ਇੱਦਾਂ ਦਾ ਕੁਛ ਨਹੀਂ, ਤਕਰੀਬਨ ਆਪਾਂ ਨੇ ਸਟਾਰਟ ਹੀ ਕੋਰਸ ਵਗੈਰਾ ਕਰਕੇ ਹੀ ਕਰਿਆ ਸੀ ਨਾ ਜੀ। ਜੀ 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 ਇਹ ਰਾਮਾਲੂਸ ਬਾਟੇਕਰਾ ਜੀ ਆਪਣੇ ਜੀਵ ਵਿਗਿਆਨੀ ਆ, ਉਹਦਾ ਚੇਲਾ ਗੈਰੀ ਮਾਰਟਿਨ, ਉਹ ਬੁਲਾਉਂਦੇ ਰਹਿੰਦੇ ਆ, ਉਹਨਾਂ ਨਾਲ ਹੀ ਜਾਂਦੇ ਹੁੰਦੇ। ਸਭ ਤੋਂ ਜ਼ਿਆਦਾ ਸਨੇਕ ਤਾਂ ਡੇਂਜਰਸ ਤਾਂ ਦੋ ਹੀ ਨੇ, ਕੋਬਰਾ ਤੇ ਕਾਮਨ ਕ੍ਰੇਟ। ਇਹ ਤਕਰੀਬਨ ਆਪਣੇ ਘਰੇ ਆਮ ਹੀ ਆਉਂਦੇ ਰਹਿੰਦੇ ਆ। ਤੁਸੀਂ ਦੱਸ ਰਹੇ ਸੀ ਕੋਬਰੇ ਤੋਂ ਵੀ ਜ਼ਿਆਦਾ ਇਹ ਵਾਲਾ ਕਾਮਨ ਕ੍ਰੇਟ ਆ ਜਿਹੜਾ ਉਹ ਜ਼ਿਆਦਾ ਖਤਰਨਾਕ ਹੈ? ਕੋਬਰੇ ਨਾਲੋਂ ਜਿਹੜੀ ਇਹਦੀ ਵੈਨਮ ਆ 5 ਗੁਣਾ ਜ਼ਿਆਦਾ ਤੇਜ਼ ਹੁੰਦੀ ਆ, ਪਰ ਨੰਬਰ 2 ਤੇ ਜਿਹੜਾ ਕਾਮਨ ਕ੍ਰੇਟ ਆ ਇਹਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ। ਨਾ ਤਾਂ ਇਹ ਜੇ ਬਾਈਟ ਕਰਦਾ, ਨਾ ਇਹਦੀ ਕੋਈ ਦੰਦੀ ਦਾ ਨਿਸ਼ਾਨ ਪੈਂਦਾ, ਨਾ ਇਹਦੀ ਕੋਈ ਜ਼ਹਿਰ ਐਕਸ਼ਨ ਕਰਦੀ ਆ। 3-3.5 ਘੰਟੇ ਤੱਕ ਤਾਂ ਇਨਸਾਨ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੋਈ ਵੀਰੇ ਸਨੇਕ ਬਾਈਟ ਹੋਈ ਆ। 3.5 ਘੰਟੇ ਤੋਂ ਬਾਅਦ ਫਿਰ ਕਿਸੇ ਦੇ ਪੇਟ ਦਰਦ ਹੁੰਦਾ, ਕਿਸੇ ਦੇ ਗਲੇ ਦੇ ਵਿੱਚ ਜਲਣ ਹੁੰਦੀ ਹੈ, ਕਿਸੇ ਦੀ ਰੀੜ੍ਹ ਦੀ ਹੱਡੀ ਦੇ ਵਿੱਚ ਦਰਦ ਹੁੰਦਾ, ਉਸ ਤੋਂ ਬਾਅਦ ਇਹ ਬੰਦੇ ਨੂੰ ਕੋਮਾ ਦੇ ਵਿੱਚ ਭੇਜ ਦਿੰਦੇ। ਤੁਸੀਂ ਦੱਸਦੇ ਸੀਗੇ ਕਿ ਸਾਇਲੈਂਟ ਅਟੈਕ ਵਰਗੀ ਕੋਈ ਚੀਜ਼ ਹੁੰਦੀ ਨਹੀਂ ਹੈ, ਜਿਹਦਾ ਸਾਇਲੈਂਟ ਕਿਲਰ ਹੀ ਕਿਹਾ ਜਾਂਦਾ ਹੈ। ਤੁਸੀਂ ਕਹਿ ਰਹੇ ਸੀ ਬੰਦੇ ਨੂੰ ਜਿੱਦਾਂ ਸੁਣਿਆ ਵਾ ਕਿ ਸਾਇਲੈਂਟ ਅਟੈਕ ਹੋ ਗਿਆ, ਸੁੱਤੇ ਪਏ ਜਿੱਦਾਂ, ਹੈ ਨਾ, ਉਹਦੇ ਬਾਰੇ ਦੱਸੋ। ਗਰਮੀਆਂ ਦੇ ਵਿੱਚ ਜਿਹੜੇ ਆਪਾਂ ਜ਼ਿਆਦਾਤਰ ਸੁਣਦੇ ਆ ਨਾ ਵੀ ਹਾਂ ਬੰਦਾ ਰਾਤ ਨੂੰ ਚੰਗਾ ਭਲਾ ਪਿਆ ਸੀ, ਸੁਬਹਾ ਉੱਠਿਆ ਨਹੀਂ ਹੈਗਾ, ਜ਼ਿਆਦਾਤਰ ਕਾਰਨ ਤੁਸੀਂ ਦੇਖੋ ਉਹਨਾਂ ਦਾ ਪੋਸਟਮਾਰਟਮ ਕਰਾਇਆ ਜਾਵੇ, ਕਾਮਨ ਕ੍ਰੇਟ ਦੀ ਸਨੇਕ ਬਾਈਟ ਹੀ ਨਿਕਲੇਗੀ। ਤੁਸੀਂ ਕਿਸੇ ਡਾਕਟਰ ਨੂੰ ਪੁੱਛੋ, ਸੁੱਤੇ ਪਏ ਬੰਦੇ ਨੂੰ ਜਲਦੀ ਜਲਦੀ ਅਟੈਕ ਨਹੀਂ ਹੁੰਦਾ, ਸੁੱਤੇ ਪਏ ਨੂੰ ਜਦ ਵੀ ਅਟੈਕ ਕਰਦਾ ਤਾਂ ਇਹ ਕਾਮਨ ਕ੍ਰੇਟ ਸੱਪ ਹੀ ਆ ਕੇ ਕਰਦਾ। ਨੰਬਰ 2 ਤੇ ਇਹਦਾ ਕਾਰਨ ਕੀ ਆ, ਨਾ ਇਹਦੀ ਕੋਈ ਦੰਦੀ ਦਾ ਨਿਸ਼ਾਨ ਪੈਂਦਾ, ਨਾ ਇਹਦੀ ਕੋਈ ਜ਼ਹਿਰ ਐਕਸ਼ਨ ਕਰਦੀ ਆ। ਜ਼ਿਆਦਾਤਰ ਤਾਂ ਬੰਦੇ ਜੇ ਸੁੱਤੇ ਪਏ ਦੇ ਲੜਿਆ ਤਾਂ ਸੁੱਤੇ ਪਏ ਦੀ ਹੀ ਮੌਤ ਹੋ ਜਾਂਦੀ ਆ। ਜੀ ਪਤਾ ਨਹੀਂ, ਇਹਦਾ ਨਿਸ਼ਾਨ ਵੀ ਨਹੀਂ ਹੈ, ਇਹਦਾ ਨਿਸ਼ਾਨ ਹਲਕਾ ਜਿਹਾ ਮੱਛਰ ਕੱਟਣ ਵਾਂਗ ਪੈਂਦਾ, ਉਹ ਵੀ ਕੋਈ ਖਾਸ ਨਹੀਂ ਹੁੰਦਾ। ਜੇ ਬੰਦਾ ਬਹੁਤ ਗੌਰ ਨਾ ਕਰੇਗਾ, ਜਿਵੇਂ ਹੁਣ ਕਿਸੇ ਦੇ ਬਾਈਟ ਹੋਈ ਹੋਈ ਆ, ਉਹਨੂੰ ਇੰਨਾ ਕੁ ਅਹਿਸਾਸ ਹੋਏਗਾ ਵੀ ਹਾਂ ਮੇਰੇ ਕੁਛ ਕੱਟਿਆ। ਪਰ ਜਿਵੇਂ ਆਮ ਕੋਬਰੇ ਦੇ ਦੰਦ ਨੇ ਜਾਂ ਰੈਸਲ ਪੇਪਰ ਦੇ ਦੰਦ ਨੇ, ਉਹ ਆਮ ਸਾਫ਼ ਦਿਖਾਈ ਦਿੰਦੇ ਆ, ਉੱਦਾਂ ਇਹਦਾ ਦੰਦ ਨਹੀਂ ਦਿਖਾਈ ਦਿੰਦਾ। ਤੇ ਇਹ ਕਿਸ ਏਰੀਆ ਦੇ ਵਿੱਚ ਜ਼ਿਆਦਾ ਆਉਂਦੇ ਨੇ? ਜਿੱਦਾਂ ਗਰਮੀਆਂ ਚਲੋ ਚੱਲ ਰਹੀਆਂ, ਗਰਮੀਆਂ ਦੇ ਵਿੱਚ ਵੀ ਨਿਕਲਦੇ ਨੇ, ਹਰ ਸਾਈਡ 'ਚ ਨਿਕਲਦੇ? ਹਰ ਸਾਈਡ 'ਚ ਨੇ, ਜਿਹੜੇ ਓਪਨ ਏਰੀਆ ਨੇ ਨਾ, ਜਿੱਥੇ ਬਾਹਰ ਬਾਹਰ ਸ਼ਹਿਰ ਦੇ ਵਿੱਚ ਕਲੋਨੀਆਂ ਨੇ, ਉਸ ਜਗ੍ਹਾ 'ਤੇ ਇਹ ਹਰ ਜਗ੍ਹਾ ਸੱਪ ਨੇ। ਜੀ ਕਾਮਨ ਕ੍ਰੇਟ ਹੀ ਜ਼ਿਆਦਾ ਨਿਕਲਦੇ ਤੁਸੀਂ ਦੱਸ? ਹਾਂਜੀ, ਮੈਂ ਆਪਣੇ ਲੁਧਿਆਣੇ ਦੇ ਵਿੱਚ ਤਾਂ 40% ਦੇ ਕਰੀਬ ਆਪਣੇ ਕਾਮਨ ਕ੍ਰੇਟ ਆ। ਹਾਂਜੀ ਹਾਂਜੀ, ਕਾਮਨ ਕ੍ਰੇਟ ਦਾ ਅੰਕੜਾ ਜਿਹੜਾ ਉਹ 30-40% ਆ, ਕੋਬਰਾ ਜਿਹੜਾ ਉਹ 5-15% ਦੇ ਕਰੀਬ ਆਪਾਂ ਨੂੰ ਕੋਬਰੇ ਮਿਲਦੇ ਆ। ਬਾਕੀ ਦੇ ਰੈਡ ਸਨੇਕ ਹੋ ਗਏ, ਸੈਂਡ ਬੋਆ ਹੋ ਗਿਆ, ਕਾਮਨ ਬੁਲਫ ਸਨੇਕ ਹੋ ਗਿਆ, ਜਾਂ ਟਿਲਕਿਲ ਬੈਕ ਹੋ ਗਿਆ, ਬਾਕੀ ਦੇ ਸਿਰਫ ਆਪਾਂ ਨੂੰ 30-40% ਸੱਪ ਨੇ। 60% ਸੱਪ ਉਰੇ ਜ਼ਹਿਰੀਲਾ ਹੀ ਪਾਇਆ ਜਾਂਦਾ, ਨਸਲਾਂ ਦੋਨੀ ਨੇ ਪਰ ਉਹਨਾਂ ਦੀ ਮਾਤਰਾ ਕਾਫੀ ਜ਼ਿਆਦਾ ਆ। ਜਿੱਦਾਂ ਆਪਾਂ ਸ਼ਹਿਰ ਦੀ ਗੱਲ ਕਰੀਏ, ਸ਼ਹਿਰਾਂ 'ਚ ਫਿਰ ਵੀ ਆਹ ਚੀਜ਼ ਘੱਟ ਦੇਖਣ ਨੂੰ ਮਿਲੇਗੀ, ਜਿਹੜੇ ਖੇਤੀ ਕਰਦੇ ਨੇ, ਮਜ਼ਦੂਰ ਨੇ ਜਿਹੜੇ, ਉਹਨਾਂ ਨੂੰ ਜ਼ਿਆਦਾ ਇਹ ਚੀਜ਼ਾਂ ਵਾਪਰਦੀਆਂ ਹੋਣਗੀਆਂ ਨਾ ਜੀ। ਸ਼ਹਿਰਾਂ ਦੇ ਵਿੱਚ ਹੁਣ ਖਾਲੀ ਪਲਾਟ ਨਹੀਂ ਰਹੇ, ਠੀਕ ਆ, ਉੱਥੇ ਜੇ ਸੱਪ ਰਹੇ ਵੀ ਨਹੀਂ ਤਾਂ ਜਾਂ ਕਿਸੇ ਨੇ ਉਹ ਰੈਸਕਿਊ ਕਰ ਲਏ ਨੇ ਜਾਂ ਉਹ ਵਿਚਾਰੇ ਮਾਰੇ ਗਏ ਨੇ। ਹੁਣ ਜਿਹੜੇ ਖਾਲੀ ਏਰੀਏ ਹੋ ਗਏ, ਜਿੱਥੇ ਬਾਹਰ ਬਾਹਰ ਕਲੋਨੀਆਂ ਨੇ, ਉਹ ਜਿੱਥੇ ਸੱਪ ਰਹਿੰਦੇ ਸੀ, ਉਹ ਦਿਨੋ ਦਿਨ ਪਲਾਟ ਬਣੀ ਜਾਂਦੇ ਨੇ, ਮਕਾਨ ਬਣੀ ਜਾਂਦੇ ਨੇ, ਉਹਨਾਂ ਦੀ ਜਗ੍ਹਾ ਘਟੀ ਜਾਂਦੀ ਆ, ਤਾਂ ਕਰਕੇ ਲੋਕਾਂ ਦੇ ਟੱਚ 'ਚ ਆਉਣ ਨੂੰ ਵਧੀ ਜਾਂਦੇ ਆ। ਤੇ ਭਾਅ ਜੀ ਜ਼ਰੂਰ ਦੱਸੋ, ਜਦੋਂ ਕਿਸੇ ਨੂੰ ਵੀ ਸੱਪ ਕੱਟਦਾ ਤੇ ਐਟ ਏ ਟਾਈਮ ਕੀ ਚੀਜ਼ਾਂ ਕਰਨੀਆਂ ਚਾਹੀਦੀਆਂ? ਐਟ ਏ ਟਾਈਮ ਤਾਂ ਆਪਾਂ ਇੱਕੋ ਹੀ ਗੱਲ ਕਰ ਸਕਦੇ ਹਾਂ, ਮੰਨ ਲਓ ਕਿਸੇ ਨੂੰ ਪੈਰ 'ਤੇ ਬਾਈਟ ਕਰਿਆ ਜਾਂ ਹੱਥ 'ਤੇ ਬਾਈਟ ਕਰਿਆ, ਹੱਥ ਨੂੰ ਹਲਕਾ ਜਿਹਾ ਬੰਨੋ, ਬੰਨਣਾ ਇੰਨਾ ਲੂਜ ਆ ਨੀਚੇ ਦੀ ਉਂਗਲ ਪੈਂਦੀ ਹੋਵੇ, ਉਹਨੂੰ ਬਿਲਕੁਲ ਟਾਈਟ ਨਹੀਂ ਕਰਨਾ, ਬਿਲਕੁਲ ਲੂਜ ਕਰਕੇ ਬੰਨਣਾ, ਅਤੇ ਇਮੀਜੀਏਟਲੀ ਹੋਸਪਿਟਲ ਜਾਣਾ, ਹੋਸਪਿਟਲ ਵੀ ਵੱਡੇ ਜਾਣਾ। ਉਹਦਾ ਕਾਰਨ ਕੀ, ਆਪਣੇ ਦੋ ਸੱਪ ਨੇ ਕੋਬਰਾ ਅਤੇ ਕਾਮਨ ਕ੍ਰੇਟ, ਦੋਨੇ ਲੜਨ ਤੋਂ ਬਾਅਦ ਵੈਂਟੀਲੇਟਰ ਦੀ ਲੋੜ ਪੈਂਦੀ ਆ। ਇਹ ਜਿਹੜੇ ਸੱਪ ਨੇ ਨਾ, ਇਹ ਨਰਵਸ ਸਿਸਟਮ 'ਤੇ ਹਮਲਾ ਕਰਦੇ ਆ, ਸਾਹ ਲੈਣ ਦੀ ਪ੍ਰਕਿਰਿਆ ਨੂੰ ਨਸ਼ਟ ਕਰ ਦਿੰਦੇ ਆ, ਉੱਥੇ ਵੈਂਟੀਲੇਟਰ ਦੀ ਲੋੜ ਪੈਂਦੀ ਆ। ਪਹਿਲਾਂ ਹੀ ਉੱਦਾਂ ਦੇ ਹੋਸਪਿਟਲ ਜਾਓ ਜਿੱਥੇ ਵੈਂਟੀਲੇਟਰ ਅਵੇਲੇਬਲ ਆ। ਜਿੰਨਾ ਵੀ ਖਰਚਾ ਹੁੰਦਾ ਸਾਰਾ ਗੌਰਮੈਂਟ ਪੇ ਕਰ ਦਿੰਦੀ ਆ। ਕਿਸੇ ਨੂੰ ਪਤਾ ਨਹੀਂ ਹੋਣੀ, ਜ਼ਰੂਰ ਥੋੜ੍ਹਾ ਡਿਟੇਲ 'ਚ ਵੀ ਦੱਸਿਓ ਜੀ। ਇੱਕ ਟਾਈਮ ਇੱਕ ਵਾਰ ਜ਼ਰੂਰ ਆਪਾਂ ਨੂੰ ਪੈਸੇ, ਜੇ ਪ੍ਰਾਈਵੇਟ ਹੋਸਪਿਟਲ ਟ੍ਰੀਟਮੈਂਟ ਕਰਵਾਉਂਦੇ ਹਾਂ, ਇੱਕ ਟਾਈਮ ਆਪਾਂ ਨੂੰ ਜ਼ਰੂਰ ਪੈਸੇ ਪੱਲੇ ਲਗਾਉਣੇ ਪੈਣਗੇ, ਪਰ ਉਹਦਾ ਮੁਆਵਜ਼ਾ ਗੌਰਮੈਂਟ ਦੇ ਦਿੰਦੀ ਆ ਜੀ। ਹਾਂ ਬਿਲਕੁਲ ਜੀ ਬਿਲਕੁਲ, ਰੱਬ ਨਾ ਕਰੇ ਕਿਸੇ ਦੀ ਸਨੇਕ ਬਾਈਟ ਨਾਲ ਮੌਤ ਹੁੰਦੀ ਆ, ਤਾਂ ਉਹਦਾ ਪੋਸਟਮਾਰਟਮ ਜ਼ਰੂਰੀ ਆ, ਫਿਰ ਗੌਰਮੈਂਟ 2 ਲੱਖ ਰੁਪਇਆ ਮੁਆਵਜ਼ਾ ਦਿੰਦੀ ਆ। ਜਿੱਦਾਂ ਦਰਸ਼ਕੋ ਤੁਹਾਨੂੰ ਕਿਸੇ ਨੂੰ ਪਤਾ ਨਹੀਂ ਹੋਣਗੀਆਂ, ਪਰ ਜੇ ਮੈਂ ਕਹਿੰਦੀ ਇੱਦਾਂ ਕੁਝ ਨਾ ਹੋਵੇ, ਬਟ ਜੇ ਤਾਂ ਵੀ ਤੁਹਾਨੂੰ ਕੁਝ ਦੇਖਣ ਨੂੰ ਮਿਲਦਾ, ਜ਼ਰੂਰ ਤੁਸੀਂ ਆਹ ਚੀਜ਼ ਦੱਸ ਸਕਦੇ ਹੋ। ਅੱਛਾ ਵੀਰ ਜੀ, ਹੋਰ ਕੁਛ ਚੀਜ਼ਾਂ ਜਿੱਦਾਂ ਸੋਣਾ ਨਹੀਂ ਹੈਗਾ, ਨੀਚੇ ਭੁੰਜੇ ਸੋ ਜਾਂਦੇ ਨੇ ਲੋਕ, ਹੈ ਨਾ? ਇੱਕ ਤਾਂ ਗੱਲ ਇਹ ਆ, ਜਿਵੇਂ ਹੁਣ ਆਪਾਂ ਘਰ ਦੇ ਆਸ ਪਾਸ ਸਾਫ਼ ਸਫਾਈ ਰੱਖੋ, ਠੀਕ ਹੈ, ਕੋਈ ਇੱਟਾਂ ਦਾ ਢੇਰ ਜਾਂ ਮਲਬੇ ਦਾ ਢੇਰ ਆਪਣੇ ਘਰ ਦੇ ਆਸ ਪਾਸ ਨਹੀਂ ਹੋਣਾ ਚਾਹੀਦਾ। ਨੰਬਰ 2 ਤੇ ਜਦੋਂ ਕਦੇ ਵੀ ਆਪਾਂ ਸ਼ਾਮ ਨੂੰ ਸੈਰ ਕਰਨ ਨਿਕਲਦੇ ਹਾਂ, ਹਮੇਸ਼ਾ ਬੂਟ ਪਾ ਕੇ ਨਿਕਲੋ, ਹੋ ਸਕਦਾ ਤਾਂ ਨਾਲ ਟਾਰਚ ਜ਼ਰੂਰ ਲੈ ਕੇ ਨਿਕਲੋ, ਠੀਕ ਹੈ। ਨੰਬਰ 3 ਤੇ ਕਿਸੇ ਵੀ ਬੰਦੇ ਨੇ ਜ਼ਮੀਨ 'ਤੇ ਨਹੀਂ ਸੌਣਾ। ਕਈ ਵਾਰ ਆਪਾਂ ਸੌਂਦੇ ਹਾਂ ਨਾ ਵੀ ਧਰਤੀ 'ਤੇ ਹੀ ਗੱਦਾ ਵਸਾ ਕੇ ਸੌਂ ਜਾਂਦੇ,
क्योंकि कॉमन क्रेट की आदत है, इन्हू इंसान के शरीर की गरमैश पसंद आ, इसलिए तो बैड पर भी चढ़ता। जे इंसान जमीन पर पिया होएगा वो तो बहुत जल्दी जाके पाएगा यह, फिर यह सुते पे बंदा जो ये बंदा पासा लेंदा वजन दिता उदो यह वाइट कर दिता, ना यदि दंदी का नुकसान पैंता ना यदि कोई जहर एक्शन करती है। ज्यादातर लोग सुते पे ही मर जाते हैं। काफ़ी धारणा बनी हुई है सुनने चाहता है कि जो आप बैड पर भी सुते हैं उदा नहीं सप्प चढ़ता अपने आप, पर थोड़े बाल लमक रहे तो वो उपर चढ़ी गल नहीं, कॉमन क्रेट ही एक सप्पा जोड़ा बैड पर चढ़ता। वह कारण की है, इनू इंसान के शरीर की गरमैश पसंद आ, इसलिए यह बैड पर चढ़ता जी। जो बाइट कर देता उस तो बाद छाती ते आके बैठ जाता वो, नहीं वो इदा का कोई नहीं है जिन ची गरमैश लैन का मरिया। जे हूँ बंदे दे कोले नहीं है सप्प आराम ना कुछ खाना खाधा होया ठंडे सुभा ना सप्प बैठा, ठीक है, उदों ये जो बंदा ठंडा हो जाएगा हौली हौली नहीं पता लग्या फिर ये बंदे दे उपर जाता। जिन्ना टाइम बंदा गर्म रहेगा उन्ना टाइम बंदे दे नाल प्यार रहेगा, जां उत्ते बैठा रहेगा, जदों बंदे दी डैथ हो जाती है बंदा ठंडा होने लग गया उदों ये उतर के चलिया जाएगा। भाई जी जिदा हम आ सवाल जिदा कि सबनों घर चलाने लिए भी है ना काम कर की जरूरत होंगी तो पैसे की जरूरत होंगी जो कि एक बेसिक नीड है, तो तुम कि खर्चा चल जाता थोड़े घर का भी इदा? हाँ चल जाता, घर सप्प फड़न जाने कुछ ना कुछ अगला दे ही दिता जी। अच्छा, जी जी किन्ने के तुम महीने चाहते रेस्क्यू करने? रेस्क्यू तकरीबन आप साल के 1000 के करीब रेस्क्यू हो जाता। अच्छा मैं तुम दस दिनी हाँ 2007 तो भाजी ये काम च ने, तो इन्होंने 7000 तो वध किए, 7000 तो ज़्यादा स्नेक रेस्क्यू कर चुके हैं जी। अच्छा क्या बात है। तो भाजी जिदा सप्प जिहड़ा मतलब थोड़ा मिलता इदा नहीं होंगे कोई वक्रा मिले हो तो उन्हें बारे थोड़ा नॉलेज भी ना हो तो की होंगे? अपने मैक्सीमम उ ने क्योंकि यह जिमें कह दी विज्ञानियों ने खोजा की हुई ने भी कि एरिए केड़े सप्प ने उ नस्लों के ही सप्प इतने पाए जाते हैं। हाँ कई बार हो जाता जिमें हूँ रैसल वेपर आ लुधियाने के पाया नहीं जाता, फिर भी अपन एक दो सप्प हर साल मिलते हैं। वह कारण की है कोई आनंदपुर साहब गड्डी गई है, ठीक है, उत्थे वो उपर रैसल वेपर चढ़ गया, ठीक है जी, वो इस तो बाद लुधियाने आके गड्डी खड़ी इतने उतर गया, फिर इदा सप्प मिल जाते हैं। हुण पिछले साल की गल आ अपने देश के रैटल स्नेक मिले, रैटल स्नेक इंडिया का सप्प नहीं है और ठीक है वो किसी स्टेट के हुण मेरे स्टेट के ध्यान चो निकल गया तो मैं याद करके दस दाँगा। उत्थे किसी ने चूहे वाला पिंजरा लगाया, वो चूहे वाले पिंजरे च वड़ गया, ठीक है, वो चूहे वाला पिंजरा बंद भी आटोमैटिक हो गया। जो वाइल्डलाइफ डिपार्टमेंट को बुलाया गया उन्होंने चैक कराया वो रैटल स्नेक अक्सर वो भी किसी ना किसी कंटेनर राही चढ़ के ही इंडिया के आया। हाँ, हाँ, हाँ। जी इंडिया का वो सप्प भी नहीं है फिर भी इंडिया चो मिल गया। एक तुसी वो भी दस रहे थे कि मतलब जो सप्प छड़न जाने पहले वो दसो कितने के छड़ के आने हो, तो एक जगह पर तुसी क्या सी दो सप्प नहीं छड़ने है ना? पहला आप सप्प छड़ते सरकारी जंगल मत्तेआड़े, हुण उत्थे ऑलरेडी काफ़ी ज़्यादा सप्प छड़ चुके हैं, अगे उन्होंने बच्चे भी देने हैं। हुण आप गाइडलाइन के हिसाब न भी मान लो किसी नहर से आप सप्प छड़ता जिथे एक आपने सप्प छड़ता उत्थे अगले साल ही आप दूसरा सप्प छड़ांगे, अगर दूसरा सप्प छड़ांगे तो उदू एक दो किलोमीटर अगे हो गए छड़ांगे। मान लो कई बार दो सप्प सप्पण तो सप्प कट्ठे रह रहे हैं, जो कुछ टाइम होंगे जो सप्पण के मगर सप्प आता सप्पण फार्मा आई होंगी उदों कट्ठे रह रहे हैं, वो सप्प जोड़ा कट्ठे का कट्ठा छड़ देंगे, वो गल वक्री है क्योंकि फड़े भी कट्ठे जाएंगे। नहीं ऐनी भी आप एक जगह पर एक ही सप्प रिलीज करा दूसरा सप्प रिलीज करा उदू दो किलोमीटर अगे जाके करेंगे। कोर्स किया कितनी देर का सीगा ते कितना टाइम लगा? मैंने ट्रेनिंग होंगी है कई बार हफ्ते की ट्रेनिंग होंगी है, कई बार चार दिन की होंगी है, कई बार दस दिन की होंगी है, तो ट्रेनिंग कराने वाले डिपेंड करता ना जी। ठीक है, जिदा तुसी घर च भी रखे हुए ने फिर कितनी देर घर च रखते हो, कुछ खाने को दिने उन्होंने? मैक्सीमम सप्प नूं कुछ खाण पीण देण दी लोड़ नहीं हुंदी, अपने कोल किवें रखना हुंदा जिवें अज आपां ने सप्प फड़क लिआंदा मेरे को रिलीज करन जाण दा टाइम नहीं लग्या तां मैं सवेरे रिलीज कर देना, ठीक है जी, अपने पानी वाली कौलियां वगैरह बॉक्सों के रखी हुई ने। सप्प की जी नॉर्मल डाइट भी है वो 10-15 दिन के एक बार खाना हुंदा, जे अपने को आएगा अपने को एक दिन रहेगा सप्प अबला तो ज 8-9 घंटे तो लैके 24 घंटे तक अपने को सप्प रहना हुंदा, इन्नी देर ना उन्हें खाण पीण नूं कुछ देने की अपन नूं जरूरत नहीं पैंदी, उस तो पहले ही अपना रिलीज कर देना हुंदा। इदां भी हुंदा जिद्दां तुहाडी गल नहीं अगर होर गल करिए आप जिहड़े होर रेस्क्यू करदे ने कुछ इलीगल वे नाल भी जानवरां दे नाल कुछ करदे होण? मैडम हुण आपां दूसरियां बारे तां कुछ नहीं कह सकदे, अगर इदां मतलब थोड़ी जानकारी मिल सके कुछ इदां दा हुंदा वा उहनां नाल गलत की हुंदा? सेंड बोआ बारे अफवाह बहुत फैलाई हुई आ भी इह सप्प तांत्रिकां दे कम आउंदा है, इहनूं वजन दे विच दो इह 3 करोड़ दा विकेगा 4 करोड़ दा विकेगा, इह सिर्फ अफवाह ही आ। ठीक है जी, वैसे ही अज तक मैं तो कहिंदे बंदे बहुत ने हाँ जी सानू सप्प लभ के दो, पर अब तक आपां उन्हां ने किसी ना किसी डील नहीं की, अगले नूं पहले ही कह दिया भी नहीं असीं इह कम ही नहीं करदे, पर है ने बहुत कुछ है जी। बाकी आपां कल्ले स्नेक वगैरह तां नहीं करदे, आपां नाल पंछी वगैरह भी रेस्क्यू करदे हां, किसी पंछी नूं जख्मी आपां उह भी नाल लैके आंदे हां जी।
ਤੇ ਮਤਲਬ ਕਿਹੜੇ ਕਿਹੜੇ ਤੁਸੀਂ ਜਾਨਵਰਾਂ ਦਾ ਕਰਦੇ ਹੋ? ਮੈਨੂੰ ਥੋੜਾ ਜਿਹਾ ਤੁਹਾਡੇ ਪੰਛੀਆਂ ਦਾ। ਵਾਈਲਡ ਲਾਈਫ ਦੇ ਸਾਰੇ ਹੀ ਜਾਨਵਰਾਂ ਦਾ ਕਰਦੇ ਆ। ਨਾਮ ਤਾਂ ਸਾਂਬਰ ਹੋ ਗਏ ਜੀ, ਜਿਵੇਂ ਓਲ ਹੋ ਗਏ, ਈਗਲਾਂ ਹੋ ਗਈਆਂ, ਜਿੰਨੇ ਪੰਛੀ ਨੇ ਤਕਰੀਬਨ ਸਾਰੇ ਹੀ ਆਉਂਦੇ ਰਹਿੰਦੇ ਆ। ਸਰਦੀਆਂ ਲੋਕ ਅੰਡੇ ਖੜੇ ਹੋ ਰਹੇ ਆ, ਮਤਲਬ ਸੁਣ ਸੁਣ ਕੇ। ਸਰਦੀਆਂ ਦੇ ਵਿੱਚ ਤਕਰੀਬਨ ਪੰਛੀ ਵਗੈਰਾ ਨੇ ਨਾ ਆਪਣੇ ਲੁਧਿਆਣੇ ਦੇ ਵਿੱਚ ਡੋਰਾਂ ਦੇ ਵਿੱਚ ਬਹੁਤ ਜ਼ਿਆਦਾ ਫਸਦੇ ਨੇ, ਕਿਉਂਕਿ ਜਿਵੇਂ ਬੱਚੇ ਪਤੰਗ ਚੜਾਉਂਦੇ ਆ ਆਮ ਡੋਰਾਂ ਦਰਖਤਾਂ ਦੇ ਉੱਪਰ ਪਏ ਨੇ, ਈਗਲ ਹੋ ਗਏ, ਤੋਤੇ ਹੋ ਗਏ, ਚਿੜੀਆਂ ਹੋ ਗਈਆਂ, ਸਾਰੇ ਜਾਨਵਰ ਵਿਚਾਰੇ ਡੋਰਾਂ 'ਚ ਫਸ ਦਿੰਦੇ, ਫਿਰ ਉੱਥੋਂ ਆਪਾਂ ਨੂੰ ਕੱਢ ਕੇ ਲਿਆਉਣੇ ਪੈਂਦੇ ਆ। ਤੁਹਾਨੂੰ ਮੈਂ ਪਿਕਚਰਾਂ ਵਗੈਰਾ ਦੇ ਦਾਂਗਾ, ਤੁਸੀਂ ਦੇਖ ਲਿਓ, ਤੁਹਾਨੂੰ ਪਤਾ ਲੱਗ ਜਾਏਗਾ ਉਹਨਾਂ ਦੀਆਂ ਪੰਖ ਦੀਆਂ ਹੱਡੀਆਂ ਵਿਚਾਰਿਆਂ ਦੇ ਟੁੱਟ ਜਾਂਦੀਆਂ ਨੇ, ਫਿਰ ਆਪਾਂ ਟ੍ਰੀਟਮੈਂਟ ਕਰਾ ਕੇ ਨੀਲੋਂ ਚਿੜੀਆ ਘਰ ਉਹਨਾਂ ਨੂੰ ਹੈਂਡ ਓਵਰ ਕਰ ਦਈਦਾ। ਕਿੰਨੀ ਕੁ ਖੁਸ਼ੀ ਹੁੰਦੀ ਹੈ ਫਿਰ ਜਦੋਂ ਇੱਧਰ ਕੁਛ ਕਰਦੇ ਹੋ? ਮੈਡਮ ਹੁਣ ਤਾਂ ਆਪਣੇ ਲਈ ਤਾਂ ਇਹ ਨੋਰਮਲ ਪ੍ਰੋਸੀਜਰ, ਕਿਉਂਕਿ ਅੱਜ ਕੱਲ੍ਹ ਨਾ ਆਪਣੇ ਕੰਮਾਂ 'ਚ ਲੋਕ ਰੁੱਝੇ ਹੋਏ ਨੇ, ਇਹ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਨੇ, ਪਰ ਤੁਸੀਂ ਇੱਕ ਮੈਂ ਕਹਿੰਦੀ ਇੱਦਾਂ ਦੀ ਰੂਹ ਹੋ ਜਿਹੜਾ ਕਿ ਇਹਨਾਂ ਦਾ ਵੀ ਸੋਚ ਰਹੇ ਹੋ। ਚਲੋ ਆਪਣਾ ਤਾਂ ਐਂ ਜੀ, ਨਾਲ ਕੰਮ ਵੀ ਆ, ਹੁਣ ਸਰਕਾਰ ਆਪਾਂ ਨੂੰ ਤਨਖਾਹ ਵੀ ਦੇ ਰਹੀ ਆ। ਜੀ ਜੀ ਜੀ, ਬਹੁਤ ਚੰਗੀ ਗੱਲ ਹੈ ਭਾਜੀ। ਮੈਂ ਕਹਾਂਗੀ ਦਰਸ਼ਕੋ, ਨੰਬਰ ਵੀ ਜ਼ਰੂਰ ਦੇਵਾਂਗੇ, ਕੁਝ ਵੀ ਹੋਵੇ, ਕਿਸੇ ਤਰ੍ਹਾਂ ਦੀ ਜ਼ਰੂਰਤ, ਕੁਝ ਪੁੱਛਣਾ ਹੋਵੇ, ਕੋਈ ਜਾਣਕਾਰੀ ਲੈਣੀ ਹੋਵੇ ਤਾਂ ਜ਼ਰੂਰ ਤੁਸੀਂ ਭਾਜੀ ਨਾਲ ਗੱਲ ਕਰ ਸਕਦੇ। ਭਾਜੀ ਆਪਣਾ ਨੰਬਰ ਦੇ ਦਿਓ। ਮੇਰਾ ਨੰਬਰ ਹੈ ਜੀ 85 936 96 436 97 665 76 665। ਇੱਕ ਵਾਰ ਫਿਰ ਤੋਂ, 85 911 766 68 38 96 465 766 38। ਤੇ ਮੈਂ ਕਹਿੰਦੀ ਫੋਨ ਵੀ ਬਹੁਤ ਆਉਣ ਵਾਲੇ ਨੇ, ਸਮਾਂ ਹੈਗਾ ਕੋਈ ਤੁਹਾਡਾ ਕਿ ਕਿੰਨੇ ਤੋਂ ਕਿੰਨੇ ਮਿੰਟ? ਜਿਸ ਟਾਈਮ ਮਰਜ਼ੀ ਫੋਨ ਕਰੋ ਜੀ, ਕੋਈ ਪ੍ਰੋਬਲਮ ਨਹੀਂ। ਅਗਰ ਰਾਤ ਨੂੰ 2 ਵਜੇ ਵੀ ਕਿਸੇ ਨੂੰ ਸਨੇਕ ਦੀ ਪ੍ਰੋਬਲਮ ਆਏਗੀ ਤਾਂ ਵੀ ਮੈਂ ਜਾਵਾਂਗਾ ਜੀ। ਭਾਜੀ ਦੂਰ ਦੂਰ ਹੋਵੇ ਅਗਰ? ਮੈਕਸੀਮਮ ਆਪਾਂ 20 ਕਿਲੋਮੀਟਰ ਦਾ ਏਰੀਆ ਰੱਖਿਆ ਹੋਇਆ ਜੀ, 20 ਕਿਲੋਮੀਟਰ ਦੇ ਏਰੀਏ ਤੱਕ ਆਪਾਂ ਜਾਂਦੇ ਹਾਂ। ਹਾਂ, ਵਾਈਲਡ ਲਾਈਫ ਡਿਪਾਰਟਮੈਂਟ ਵਾਲੇ ਕਹਿਣ, ਫਿਰ ਉਹ ਆਪਦਾ ਸਾਧਨ ਵੀ ਦਿੰਦੇ ਆ, ਕਨਵੈਂਸ ਵੀ ਦਿੰਦੇ ਆ, ਫਿਰ ਉਹਨਾਂ ਦੇ ਕਹਿਣ 'ਤੇ ਹਰ ਜਗ੍ਹਾ ਜਾਂਦੇ ਆਪਾਂ ਜੀ। ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ। ਦਰਸ਼ਕੋ, ਤਮਾਮ ਜਾਣਕਾਰੀ ਤੁਹਾਨੂੰ ਮਿਲੀ ਆ, ਮੈਂ ਕਹਿੰਦੀ ਹਾਂ ਜ਼ਰੂਰ ਤੁਸੀਂ ਸਾਂਝੀ ਜ਼ਰੂਰ ਕਰਿਓ ਵੀਡੀਓ, ਕਿਉਂਕਿ ਇਹ ਜਿਹੜੀ ਜਾਣਕਾਰੀ ਸੀ ਕਈਆਂ ਨੂੰ ਨਹੀਂ ਪਤਾ ਹੋਏਗਾ, ਅਤੇ ਵਿੱਚ ਮਜ਼ਦੂਰਾਂ ਲਈ ਖਾਸ ਕਰ ਮੈਂ ਕਹਿੰਦੀ, ਅੱਜ ਕੱਲ੍ਹ ਫੋਨ ਸਭ ਕੋਲ ਹੈਗੇ ਨੇ, ਉੱਥੇ ਪਿੰਡਾਂ 'ਚ ਬੈਠੇ ਵੀ ਉਹ ਚੀਜ਼ਾਂ ਦੇਖ ਸਕਦੇ ਨੇ, ਕਿਸੇ ਨੂੰ ਕਿਸੇ ਤਰ੍ਹਾਂ ਦੀ ਜ਼ਰੂਰਤ ਹੈ ਭਾਜੀ ਦਾ ਨੰਬਰ ਦਿੱਤਾ, ਵਿੱਚ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ। ਵੀਡੀਓ ਨੂੰ ਸ਼ੇਅਰ ਕਰ ਦਿਓ, ਬਣੇ ਰਹੋ ਪੰਜਾਬ ਨਿਊਜ਼ ਦੇ ਨਾਲ। ਧੰਨਵਾਦ।